ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਦਰਸ਼ਨ ਹੋ ਰਹੇ ਆ ਜੀ ਧੌਲਪੁਰ ਰਾਜਸਥਾਨ ਦੇ ਵਿੱਚ। ਉੱਧਰ ਹੈਗਾ ਆਗਰਾ, ਆਗਰਾ ਇੱਧਰ ਹੈਗਾ ਗਵਾਲੀਅਰ, ਉਹਦੇ ਬਿਲਕੁਲ ਸੈਂਟਰ 'ਚ ਆ ਧੌਲਪੁਰ ਪੈਂਦਾ। ਇਹ ਰਾਜਸਥਾਨ ਆ, ਅੱਗੇ MP ਆ, ਉੱਧਰ UP ਹੈ। 6ਵੇਂ ਪਾਤਸ਼ਾਹ ਜਹਾਂਗੀਰ ਬਾਦਸ਼ਾਹ ਦੇ ਨਾਲ ਜਦੋਂ ਆਗਰੇ ਵੱਲੋਂ ਆ ਰਹੇ ਆ ਇੱਧਰ ਗਵਾਲੀਅਰ ਦੇ ਕਿਲੇ ਨੂੰ, ਉੱਧਰ ਨੂੰ ਜਾ ਰਹੇ ਆ ਅਤੇ ਇੱਥੇ ਰੁਕੇ ਹੋਏ ਆ। ਇੱਥੇ ਇੱਕ ਖੂੰਖਾਰ ਸ਼ੇਰ ਰਹਿੰਦਾ ਜਿਸ ਤੋਂ ਲੋਕ ਬਹੁਤ ਡਰਦੇ ਸੀ, ਬਹੁਤ ਤੰਗ ਕਰਦੇ। ਇੱਥੋਂ ਤੱਕ ਇਤਿਹਾਸ 'ਚ ਉਹਦਾ ਲਿਖਿਆ ਹੋਇਆ ਕਿ 12 ਫੁੱਟ ਅਤੇ 5 ਇੰਚ ਲੰਮਾ ਉਹਦਾ ਜਿਹੜਾ ਸੀਗਾ ਸ਼ੇਰ ਦਾ ਜੁੱਸਾ ਸੀਗਾ, ਤਗੜਾ ਸ਼ੇਰ ਸੀਗਾ। ਅੱਜ ਕੱਲ੍ਹ ਅਸੀਂ ਸ਼ੇਰ ਵੇਖਦੇ ਚਿੜੀਆ ਘਰਾਂ ਦੇ ਵਿੱਚ ਜਿਨ੍ਹਾਂ ਨੂੰ ਬਹੁਤ ਲਿਮਿਟਡ ਫੂਡ ਪਾਇਆ ਜਾਂਦਾ ਵਾ, ਉਹ ਸ਼ੇਰ ਸੀਗੇ ਜਿਹੜੇ ਜੰਗਲ ਦੇ ਰਾਜੇ ਸੀਗੇ, ਜਿਹੜੇ ਸ਼ੇਰ ਸ਼ਿਕਾਰ ਕਰਕੇ ਖਾਂਦੇ ਸੀਗੇ, ਉਹ ਸ਼ੇਰ ਸੀਗਾ। ਜਦੋਂ ਪਤਾ ਇੱਥੋਂ ਦੇ ਲੋਕਲ ਜਿਹੜੇ ਲੋਕ ਸੀ ਉਹਨਾਂ ਨੇ ਜਹਾਂਗੀਰ ਅੱਗੇ ਫਰਿਆਦ ਕੀਤੀ ਵੀ ਸ਼ੇਰ ਦਾ ਤੁਸੀਂ ਮਾਰੋ, ਸਾਨੂੰ ਤੰਗ ਕਰਦਾ ਵਾ। ਅਤੇ ਜਿਹੜਾ ਚੰਦੂ ਸੀ ਉਦੋਂ ਉਹਨਾਂ ਨੇ ਫਿਰ ਸਕੀਮ ਲਾਈ ਵੀ ਜੇ 6ਵੇਂ ਪਾਤਸ਼ਾਹ ਨੂੰ ਕਿਸੇ ਤਰੀਕੇ ਇਹੀ ਸ਼ੇਰ 6ਵੇਂ ਪਾਤਸ਼ਾਹ 'ਤੇ ਹਮਲਾ ਕਰਦੇ ਤਾਂ ਹੋ ਜੇ, ਕਿਉਂਕਿ ਸੋਚ ਨੀਅਤ ਤਾਂ ਮਾੜੀ ਸੀ ਨਾ, ਜਹਾਂਗੀਰ ਦੀ ਵੀ ਮਾੜੀ ਸੀ, ਚੰਦੂ ਦੀ ਵੀ ਮਾੜੀ। ਉਹ ਜਦੋਂ ਗੁਰੂ ਸਾਹਿਬ ਨੂੰ ਲੈ ਕੇ ਜਾਂਦੇ ਆ ਅਤੇ ਉਹ ਜਦੋਂ ਸ਼ੇਰ ਜਿਹੜਾ ਨਾ, ਅਸਲ 'ਚ ਉਹ ਜਹਾਂਗੀਰ ਬਾਦਸ਼ਾਹ ਵੱਲ ਨੂੰ ਬੜੀ ਤੇਜ਼ੀ ਨਾਲ ਵੱਧਦਾ ਵਾ, ਤੇਜ਼ੀ ਨਾਲ ਵੱਧਦਾ ਵਾ। ਅਤੇ ਜਿਹੜੇ ਜਹਾਂਗੀਰ ਦੇ ਜਿਹੜੇ ਅੰਗ ਰੱਖਿਅਕ ਆ ਉਹ ਤੀਰ ਵੀ ਮਾਰਦੇ ਅਤੇ ਗੋਲੀਆਂ ਵੀ ਮਾਰਦੇ ਆ, ਪਰ ਉਹਦੇ ਕੋਈ ਨਹੀਂ ਵੱਜਦੀ। ਇਹ ਬੜੀ ਤੇਜ਼ ਸਾਰਾ ਕੁਛ ਹੁੰਦਾ ਵਾ ਅਤੇ ਜਹਾਂਗੀਰ ਡਰ ਕੇ ਚੀਕ ਮਾਰਦਾ ਅਤੇ 6ਵੇਂ ਪਾਤਸ਼ਾਹ ਉਸ ਵੇਲੇ ਘੋੜੇ ਤੋਂ ਮਾਰ ਕੇ ਛਾਲ ਅਤੇ ਜਹਾਂਗੀਰ ਦੇ ਅਤੇ ਸ਼ੇਰ ਦੇ ਵਿਚਕਾਰ ਆ ਜਾਂਦੇ ਆ। ਜੋ ਇਤਿਹਾਸ 'ਚ ਲਿਖਿਆ ਮਿਲਦਾ ਕਿ 6ਵੇਂ ਪਾਤਸ਼ਾਹ ਉਸ ਵੇਲੇ ਕਹਿੰਦੇ ਆ, ਕਾਲ ਜਮਨ ਤੂੰ ਹਮਲਾ ਕਰ ਲਾ, ਕਿਤੇ ਤੇਰੇ ਮਨ 'ਚ ਵਹਿਮ ਨਾ ਰਹਿ ਜੇ ਕਿ ਤੂੰ ਹਮਲਾ ਨਹੀਂ ਕੀਤਾ। ਹੁਣ ਕਾਲ ਜਮਨ ਜਿਹੜਾ ਵਾ ਉਹ ਦੁਆਬਰ 'ਚ ਕੋਈ ਜਿਹੜਾ ਸੀ ਇੱਕ ਬੁਰਾ ਆਦਮੀ, ਇਤਿਹਾਸ 'ਚ ਇਹ ਲਿਖਿਆ ਕਿ ਦੁਆਬਰ 'ਚ ਭਸਮ ਹੋਏ ਕਾਲ ਜਮਨ ਦੀ ਰੂਹ ਦਾ ਵਾਸਾ ਸੀਗਾ ਉਸ ਸ਼ੇਰ ਦੇ ਵਿੱਚ। ਹੁਣ ਇਹ ਤੁਸੀਂ ਤਾਂ ਮੈਂ ਦੇਖ ਨਹੀਂ ਸਕਦੇ, ਅਸੀਂ ਕੁਸ਼ਚਨ ਕਰ ਲੈ ਪੈਂਦੇ ਹਾਂ, ਪਰ ਅਸੀਂ ਗੱਲ ਕਰ ਰਹੇ ਹਾਂ ਮੀਰੀ ਪੀਰੀ ਅਤੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਉਹਨਾਂ ਦੀਆਂ ਉਹ ਹੀ ਜਾਣਨ। ਇਤਿਹਾਸ 'ਚ ਲਿਖਿਆ ਕਿ ਉਹਨਾਂ ਕਿਹਾ ਤੂੰ ਹਮਲਾ ਕਰ ਲਾ। ਉਹ ਸ਼ੇਰ ਜਿਹੜਾ ਹਮਲਾ ਕਰਦਾ ਵਾ, ਗੁਰੂ ਸਾਹਿਬ ਆਪਣੇ ਢਾਲ ਦੇ ਨਾਲ ਖੱਬੇ ਹੱਥ ਦੇ ਨਾਲ ਉਹ ਸ਼ੇਰ ਨੂੰ ਝੱਲਦੇ ਆ ਵਾਰ ਨੂੰ, ਅਤੇ ਸੱਜੇ ਹੱਥ ਦੇ ਨਾਲ ਉਹਦਾ ਜਿਹੜਾ ਵਾ ਲੱਕ ਦੇ ਪਿਛਲਾ ਪਾਸੇ ਤੋਂ ਉੱਥੋਂ ਵਾਰ ਕਰਕੇ ਉਹਨੂੰ ਦੁਫਾੜ ਕਰ ਦਿੰਦੇ ਆ, ਔਰ ਇੱਕੋ ਵਾਰ ਦੇ ਨਾਲ ਹੀ ਸ਼ੇਰ ਜਿਹੜਾ ਵਾ ਉਹਨੂੰ ਚਿੱਤ ਕਰ ਦਿੰਦੇ। ਜਹਾਂਗੀਰ ਵੇਖ ਕੇ ਹੈਰਾਨ ਰਹਿ ਜਾਂਦਾ ਕਿ ਇਹ ਸਿਰਫ ਆਤਮਕ ਬਲ ਵਾਲੇ ਹੀ ਨਹੀਂ ਹਨ, ਇਹ ਸਰੀਰਕ ਬਲ ਵਾਲੇ ਵੀ ਹਨ। ਅਤੇ ਇਹ ਤਾਂ ਆਪਾਂ ਨੂੰ ਵੀ ਪਤਾ, ਇਤਿਹਾਸ ਦੱਸਦਾ ਕਿ ਜੇ 10 ਪਾਤਸ਼ਾਹੀਆਂ ਦੇ ਵਿੱਚੋਂ ਸਭ ਤੋਂ ਵੱਧ ਸਰੀਰਕ ਬਲ ਜਿਹੜਾ ਸੀਗਾ ਉਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਸੀਗਾ। ਉਹਨਾਂ ਦਾ ਸਰੀਰ ਬਹੁਤ ਵੱਡਾ ਔਰ ਉਹਨਾਂ ਦੀ ਤਾਕਤ ਬਹੁਤ ਜ਼ਿਆਦਾ ਸੀਗੀ, ਔਰ ਇਹ ਉਹਨਾਂ ਨੇ ਆਪਣੇ ਜੰਗਾਂ ਯੁੱਧਾਂ 'ਚ ਵੀ ਦਿਖਾਈ, ਜਦੋਂ ਇੱਕ ਹੀ ਸ੍ਰੀ ਸਾਹਿਬ ਦੇ ਨਾਲ ਸਰੀਰ ਬੰਦੇ ਦਾ ਦੋ ਫੜ ਕਰ ਦਿੰਦੇ ਸੀਗੇ। ਸੋ ਇਹ ਸਥਾਨ ਜਿਹੜਾ ਵਾ ਸ਼ੇਰ ਸ਼ਿਕਾਰ ਸਾਹਿਬ, ਗੁਰਦੁਆਰਾ ਸ਼ੇਰ ਸ਼ਿਕਾਰ ਇਹਨੂੰ ਕਹਿ ਦਿੰਦੇ ਆ ਜੀ, ਇਹ ਥਾਂ ਨੂੰ ਜਿਹੜਾ ਵਾ ਮੱਚਕੁੰਡ, ਇਹ ਪਿੱਛੇ ਹਿੰਦੂ ਧਰਮ ਦਾ ਧਾਰਮਿਕ ਸਥਾਨ ਹੈ ਮੱਚਕੁੰਡ, ਉਹਦੇ ਇੱਥੇ ਇਹ ਗੁਰਦੁਆਰਾ ਸਾਹਿਬ ਨਾਲ ਬਣਿਆ ਹੋਇਆ ਹੈ। ਇੱਥੇ ਫਿਰ ਇੱਕ ਥੜਾ ਬਣ ਗਿਆ ਅਤੇ ਜਿਹੜੇ ਉਦਾਸੀ ਸਾਧੂ ਕਾਫੀ ਲੰਬਾ ਸਮਾਂ ਇੱਥੇ ਸੇਵਾ ਕਰਦੇ ਰਹੇ, ਲੰਗਰ ਤੱਕ ਲਾਉਂਦੇ ਰਹੇ ਜੋ ਇਤਿਹਾਸ 'ਚ ਲਿਖਿਆ। ਉਸ ਤੋਂ ਬਾਅਦ 'ਚ ਕੀ ਹੋਇਆ, ਸਮਾਂ ਆਉਣ 'ਤੇ ਸੰਗਤ ਜਾਂ ਨਾ ਆਉਣ 'ਤੇ ਉਹ ਵੀ ਇੱਥੋਂ ਛੱਡ ਕੇ ਚੱਲ ਗਏ, ਪਰ ਉਹ ਥੜਾ ਮੌਜੂਦ ਰਿਹਾ, ਉਹ ਥੜਾ ਮੌਜੂਦ ਰਿਹਾ। ਅਤੇ ਜਿਵੇਂ ਅਸੀਂ ਜਿੱਥੇ ਖੜ੍ਹੇ ਹਾਂ, ਇੱਧਰ ਵੀ ਕਿਲ੍ਹਾ ਸਾਰਾ ਇਹ ਕਿਲ੍ਹੇ ਦੇ, ਇੱਥੋਂ ਦਾ ਜਿਹੜਾ ਕਿਲ੍ਹਾ ਸੀਗਾ ਉਹਦੇ ਵਿੱਚ ਜਿਹੜੀ ਆ
ਲਿਖਿਆ ਵਾ ਕਿ ਜਿਹੜੀ ਇੱਥੋਂ ਦੀ ਮਹਾਰਾਣੀ ਸੀਗੀ ਉਹ ਮਹਾਰਾਜਾ ਪਟਿਆਲਾ ਦੀ ਧੀ ਸੀਗੀ, ਉਸ ਨੂੰ ਜਦੋਂ ਇੱਥੋਂ ਦੇ ਇਤਿਹਾਸ ਦਾ ਪਤਾ ਲੱਗਾ ਉਸ ਨੇ ਇੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਅਤੇ ਹੁਣ ਵੀ ਜਿਹੜਾ ਅੱਜ ਬਹੁਤ ਥੋੜ੍ਹੀ ਇੱਥੇ ਸੰਗਤ ਆਉਂਦੀ ਹੈ, ਵੈਸੇ ਜਿਹੜਾ ਮੇਨ ਹਾਈਵੇ ਆ ਉੱਥੋਂ ਇਹ ਸਾਰਾ 2.25 ਕਿਲੋਮੀਟਰ ਦੂਰ ਹੈ, ਜ਼ਿਆਦਾ ਦੂਰ ਨਹੀਂ ਹੈ, ਔਰ ਸੜਕ ਵੀ ਚੰਗੀ ਆਉਂਦੀ ਹੈ, ਪਰ ਫਿਰ ਵੀ ਸੰਗਤ ਜ਼ਿਆਦਾ ਨੌਲੇਜ ਨਾ ਹੋਣ ਕਰਕੇ ਜਾਂ ਪਰਮੇਸ਼ਰ ਜਾਂਦੇ ਉਹ ਨਿਕਲ ਜਾਂਦੀ ਹੈ। ਅਤੇ ਇਹ ਅਸਥਾਨ ਹੈ ਜੀ ਸੋਹਣਾ, ਅਤੇ ਇੱਥੇ ਆ ਰਿਹਾਇਸ਼ ਹੈ ਜਿੱਥੇ ਅਸੀਂ ਖੜ੍ਹੇ, ਇੱਥੇ ਰਿਹਾਇਸ਼ ਵੀ ਬਣੀ ਹੋਈ, ਰਾਤ ਰਹਿਣਾ ਹੋਵੇ ਪ੍ਰਸ਼ਾਦੇ ਪਾਣੀ ਦੀ ਵੀ ਲੋੜ ਪੂਰੀ ਹੁੰਦੀ ਹੈ। ਇਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ, ਦਲ ਭੰਜਨ ਗੁਰਸੂਰਮਾ ਵੱਡ ਜੋ ਦਾ ਬਹੁ ਪਰ ਉਪਕਾਰੀ, ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸ਼ੇਰ ਸ਼ਿਕਾਰ ਸਾਹਿਬ ਮੱਚਕੁੰਡ ਧੌਲਪੁਰ ਰਾਜਸਥਾਨ ਦੇ ਦਰਸ਼ਨ ਹੋਏ ਜੀ। ਆਪ ਜੀ ਦੀ ਚਰਨਾਂ 'ਚ ਬੇਨਤੀ ਹੈ, ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਹੋਈਆਂ ਭੁੱਲਾਂ ਦੀ ਮੁਆਫ਼ੀ, ਗੁਰੂ ਸਾਹਿਬ ਕਿਰਪਾ ਕਰਨ, ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।